ਇਹੋ ਪੰਜਾਬ ਦੇ ਨਹੀਂ ਦੂਜੇ ਸੂਬਿਆਂ ਦੀ ਵੀ ਲੜਾਈ ਆ ਜ਼ਮੀਨ ਜਾਣੀ ਤਾਂ ਉਹਨਾਂ ਦੀ ਵੀ ਜਾਣੀ ਆ ਤੋ ਜਿਹੜੇ ਤੁਸੀਂ ਹੱਸ ਰਹੇ ਹੋ ਇਹ ਆਉਣ ਵਾਲਾ ਸਮਾਂ ਤੁਹਾਡੇ ਤੇ ਆ ਰਿਹਾ ਮਿਡਲ ਕਲਾਸ ਸਾਰੀ ਖਤਮ ਕਰ ਦੇਣ ਲੱਗਾ ਤੁਹਾਡਾ ਮੋਦੀ ਕਹਿੰਦੇ ਭਾਜੀ ਜਿਹੜਾ ਬਿੱਟਾ ਐਂਡ ਕੰਪਨੀ ਆ ਜਿਹੜੇ ਆਰ ਐਸ ਐਸ ਵਾਲੇ ਨੇ ਇਹਨਾਂ ਨੂੰ ਪੈਸਾ ਉੱਥੇ ਤੇ ਵੱਡੇ ਵਪਾਰੀ ਦਿੰਦੇ ਨੇ ਰੌਲਾ ਪਾਓ ਆ ਕੇ ਬਾਗੇ ਬਾਰਡਰ ਤੇ ਉਹ ਆ ਕੇ ਨਾਰੇ ਮਾਰਦੇ ਨੇ ਤੇ ਮਾਲ ਇੱਧਰ ਨਹੀਂ ਆਉਂਦਾ ਜਾਂਦੇ ਜਾਂਦੇ ਪਹਿਲਾਂ ਦੋ ਟੁਕੜੇ ਕਰਕੇ ਗਏ ਆ ਉਸ ਤੋਂ ਬਾਅਦ ਫਿਰ ਟੁਕੜਾ ਕੀਤਾ ਪਹਿਲਾਂ 60 ਉੱਧਰ ਚੱਲ ਗਿਆ ਸੀ 40 ਤੁਸੀਂ ਰਹਿ ਗਏ ਸੀ 40% ਜ਼ਮੀਨ ਤੁਹਾਡੀ ਰਹਿ ਗਈ ਸੀ ਪੰਜਾਬ ਦੀ ਕਿਸਾਨ ਵੀਰੋ ਭੈਣੋ ਤੇ ਭਰਾਓ ਬੜੇ ਵਿਦਵਾਨ ਕਿਸਾਨਾਂ ਨੇ ਆਪਣੀ ਗੱਲ ਰੱਖੀ ਆ ਇਹ ਅੱਜ ਹੀ ਨਹੀਂ ਸਭ ਕੁਝ ਵਾਪਰਨ ਰਿਹਾ ਜਾਂ 4 ਮਹੀਨੇ ਦੇ ਤੁਸੀਂ 5 ਮਹੀਨੇ ਦੇ ਤੁਸੀਂ ਬੈਠੇ ਹੋ ਇਹ ਜਦੋਂ ਮਨਮੋਹਨ ਸਿੰਘ ਵਿੱਤ ਮੰਤਰੀ ਸੀ ਉਦੋਂ ਵਰਲਡ ਬੈਂਕ ਤੋਂ ਪੈਸਾ ਲੈਣ ਗਿਆ ਉਦੋਂ ਹੀ ਲਿਖ ਕੇ ਆ ਗਿਆ ਸੀ ਕਿ ਵੱਡੇ ਘਰਾਣੇ ਜਿਹੜੇ ਸਾਡੇ ਦੇਸ਼ 'ਚ ਆਉਣ WTO ਤਾਂ ਇਹਨੇ ਹੀ ਫੈਸਲਾ ਕੀਤਾ ਸੀ ਜਦੋਂ ਲਾਸਟ 'ਚ ਪਾਸ ਹੋਇਆ ਸੀਤਾ ਰਮਨ ਜਾ ਕੇ ਸਾਈਨ ਕਰਕੇ ਆਈ ਆ ਇੱਕ ਸਵਾਲ ਉੱਠਦਾ ਆ ਕਿ ਅੰਦਾਨੀ ਤੇ ਅੰਬਾਨੀ ਕਿਉਂ ਆ ਰਹੇ ਨੇ ਦੋਸਤੋ ਜਦੋਂ ਅੰਗਰੇਜ਼ ਆਏ ਸੀ ਤੇ ਤੁਹਾਨੂੰ ਚਿਹਰਾ ਨਜ਼ਰ ਆਉਂਦਾ ਸੀ ਉਹ ਅੰਗਰੇਜ਼ ਸਾਨੂੰ ਲੁੱਟ ਰਿਹਾ ਆ ਉਹਨਾਂ ਚਿਹਰਾ ਛਪਾਉਣ ਲਈ ਤੁਹਾਡੇ ਅੱਗੇ ਦੋ ਬੰਦੇ ਰੱਖੇ ਹਿੰਦੁਸਤਾਨ ਦੇ ਦੋ ਬੰਦੇ ਰੱਖਦੇ ਨੇ ਕਿ ਤੁਸੀਂ ਦੁਸ਼ਮਣ ਨਾ ਸਮਝੋ ਉਹਨੂੰ ਕਿ ਬੇਸਿਕਲੀ ਅੰਗਰੇਜ਼ਾਂ ਤੋਂ ਭੈੜੇ ਇਹ ਦੁਸ਼ਮਣ ਨੇ ਜਰਾ ਪਿੱਛੇ ਨਜ਼ਰ ਮਾਰੀਏ ਤੇ ਜਦੋਂ ਅੰਗਰੇਜ਼ਾਂ ਦੇ ਖਿਲਾਫ ਜੰਗ ਉੱਠੀ ਤੇ 90% ਜਿਹੜੇ ਪੰਜਾਬੀਆਂ ਨੇ ਸ਼ਹਾਦਤ ਦਿੱਤੀ ਤੇ ਉਹੀ ਮੈਦਾਨ 'ਚ ਆਏ ਪੰਜਾਬ ਪਿਸ਼ਾਵਰ ਤੋਂ ਲੈ ਕੇ ਤੇ ਦਿੱਲੀ ਤੱਕ ਸੀ ਹਿੰਦੁਸਤਾਨ ਦਾ ਸਭ ਤੋਂ ਵੱਡਾ ਜਿਹੜਾ ਪ੍ਰਾਂਤ ਜਿਹੜਾ ਸੀ ਪ੍ਰਦੇਸ਼ ਜਿਹੜਾ ਸੀ ਉਹ ਪੰਜਾਬ ਸੀ ਉਹਨਾਂ ਵੇਖਿਆ ਲੜਾਈ ਤੇ ਇਹ ਲੜ ਰਹੇ ਨੇ ਇਹਨਾਂ ਨੂੰ ਮਾਰਨਾ ਕਿੱਦਾਂ ਆ ਜਾਂਦੇ ਜਾਂਦੇ ਪਹਿਲਾਂ ਦੋ ਟੁਕੜੇ ਕਰਕੇ ਗਏ ਆ ਉਸ ਤੋਂ ਬਾਅਦ ਫਿਰ ਟੁਕੜਾ ਕੀਤਾ ਪਹਿਲਾਂ 60 ਉੱਧਰ ਚੱਲ ਗਿਆ ਸੀ 40 ਤੁਸੀਂ ਰਹਿ ਗਏ ਸੀ 40% ਜ਼ਮੀਨ ਤੁਹਾਡੀ ਰਹਿ ਗਈ ਸੀ ਪੰਜਾਬ ਦੀ ਫਿਰ ਕਰਤੇ 20-20 ਕਰਤੇ ਉੱਥੇ ਵੀ ਲੜਾਈਆਂ ਪਾਈਆਂ ਪਾਣੀ ਦੀਆਂ ਕਿ ਅਜੇ ਵੀ ਪਾਟੇ ਰਹਿ ਜਾਣ ਤੁਸੀਂ ਲੜਨ ਆਏ ਤੁਸੀਂ ਆਪਣੇ ਹੱਕਾਂ ਦੀ ਲੜਾਈ ਲੜਨ ਆਏ ਇਹੋ ਪੰਜਾਬ ਦੇ ਨਹੀਂ ਦੂਜੇ ਸੂਬਿਆਂ ਦੀ ਵੀ ਲੜਾਈ ਆ ਜ਼ਮੀਨ ਜਾਣੀ ਤਾਂ ਉਹਨਾਂ ਦੀ ਵੀ ਜਾਣੀ ਆ ਉਹ ਸਾਨੋਂ ਜਾਣਾ ਜਿਹੜਾ ਪਿੱਸਿਆ ਜਾਣਾ ਆ ਉਹ ਮਜ਼ਦੂਰ ਜਮਾਤ ਪਿੱਸੀ ਜਾਣੀ ਆ ਤੁਸੀਂ ਤੇ ਫਿਰ ਅੱਧਾ ਕਿੱਲਾ ਰੱਖ ਕੇ ਕੁਛ ਕਰ ਲਓਗੇ ਸਬਜ਼ੀ ਲਾ ਦੋਗੇ ਬਾਕੀ ਉਹਨਾਂ ਨੇ ਵਾਹ ਦੇਣੀ ਆ ਤੇ ਮਜ਼ਦੂਰ ਜਮਾਤ ਨੂੰ ਜਦੋਂ ਅੱਜ ਜਿਹੜਾ 25 ਰੁਪਏ ਆਟਾ ਮਿਲ ਰਿਹਾ ਨਾ ਉਹ 100 ਰੁਪਇਆ ਜਿੱਦਣ ਹੋਣਾ ਉਦੋਂ ਕਹਿਣਗੇ ਵੀ ਅਸੀਂ ਜਾ ਕੇ ਇਹ ਮੋਰਚਾ 'ਚ ਬਹਿਣਾ ਚਾਹੀਦਾ ਅਸੀਂ ਚੰਗੇ ਭਲੇ ਘਰ 'ਚੋਂ ਫਿਰ ਵੀ ਅਸੀਂ ਸੋਚਦੇ ਹਾਂ ਕਿ ਯਾਰ ਸਾਡਾ ਉਹ ਹਾਲ ਹੋਣਾ ਜਿਹੜੀ ਮਿਡਲ ਕਲਾਸ ਤੋਂ ਪੈਸਾ ਕੱਢ ਰਹੀ ਹੈ ਬੜੇ ਤਰੀਕੇ ਨਾਲ ਇਹ ਸੋਚਣ ਦੀ ਲੋੜ ਆ ਅਜੇ ਅਸੀਂ ਸੋਚ ਨਹੀਂ ਰਹੇ ਇੱਕ ਜਦੋਂ ਮਨਮੋਹਨ ਸਿੰਘ ਨੇ ਫੈਸਲਾ ਕੀਤਾ ਸੀ ਉਹਦੇ ਇੱਕ ਸ਼ਾਇਰ ਨੇ ਬਹੁਤ ਵਧੀਆ ਦੋ ਲਾਈਨਾਂ ਲਿਖੀਆਂ ਸੀ ਤੂੰ ਕਿੱਦਾਂ ਆਲਣਾ ਸਾਂਭੇਗਾ ਜਦ ਵਿਰਖ ਉਹਨਾਂ ਵਿਕਵਾ ਕਟਵਾ ਦੇਣਾ ਤੂੰ ਕਿੱਦਾਂ ਮਰਦਾ ਚੰਦ ਸਿਆਲਾਂ ਨੂੰ ਉਹਨਾਂ ਸਾਰਾ ਦੇਸ਼ ਵਿਕਵਾ ਦੇਣਾ ਤਾਂ ਤੁਹਾਡੇ ਸਾਹਮਣੇ ਸਾਰਾ ਕੁਛ ਆ ਗਿਆ ਉਹਦੀਆਂ 4 ਲਾਈਨਾਂ 'ਚ ਹੀ ਸਭ ਕੁਛ ਆ ਗਿਆ ਦੋਸਤੋ ਮੈਨੂੰ 50 ਵਾਰੀ ਜਾਣ ਦਾ ਮੌਕਾ ਮਿਲਿਆ ਪਾਕਿਸਤਾਨ ਤੇ ਇੱਥੇ ਵੀ ਲੋਕਾਂ ਨੂੰ ਲਿਆਉਣ ਦਾ ਮੌਕਾ ਮਿਲਿਆ ਮੈਂ ਕਿਸਾਨ ਲੈ ਕੇ ਆਇਆ ਪਹਿਲੀ ਵਾਰੀ ਕਿਸਾਨ ਲੈ ਕੇ ਆਇਆ ਕਿਸਾਨ ਮਜ਼ਦੂਰ ਵਕੀਲ ਮੈਡੀਕਲ ਡਾਕਟਰ ਤੇ ਉੱਥੋਂ ਦੇ ਕੀ ਕਹਿੰਦੇ ਆ ਹੈਗੇ ਸੀ ਜਿਹੜੇ ਆਮ ਕੰਮ ਕਰਦੇ ਵਪਾਰੀ ਛੋਟੇ ਕਾਰਖਾਨੇਦਾਰ ਉਹਦੇ 'ਚ ਅਜੇ 4 ਦਿਨ ਹੋਇਆ ਤੁਸੀਂ ਪੜ੍ਹਿਆ ਹੋਣਾ IV ਰਹਿਮਾਨ ਦੀ ਕੱਲ੍ਹ ਡੈਥ ਹੋ ਗਈ 90-92 ਸਾਲ ਦਾ ਹੋਇਆ ਅਸੀਂ ਚੰਡੀਗੜ੍ਹ 'ਚ ਕਾਨਫਰੰਸ ਕਰ ਰਹੇ ਤਾਂ ਹੱਸਣ ਡੇ ਆ ਤੇ ਤੁਹਾਡੇ ਕੋਲ ਮਿਡਲ ਕਲਾਸ ਹੀ ਨਹੀਂ ਰਹਿ ਗਈ ਜਾਂ ਆਪਿਆ ਜਾਂ ਡਾਊਨ ਆ ਕਹਿੰਦਾ ਤੁਸੀਂ ਹੱਸੋ ਨਾ ਤੁਸੀਂ ਬਿਲਕੁਲ ਨਾ ਹੱਸੋ ਹੋਰ ਥੋੜ੍ਹੇ ਦਿਨ ਵੇਖ ਲਓ ਉਹ ਦਿਨ ਆ ਗਿਆ ਆ ਉਹਦੀ ਭੇਖਬਾਨੀ 2013 ਦੀ ਸੀ ਉਹ ਅੱਜ ਸਾਥੀ ਮਰ ਗਿਆ ਸਾਡਾ
पाकिस्तान लाहौर का जर्नलिस्ट ही, लेकिन उन्हें ना 13 च गल कही सी कि दोस्तों जेडे तुम हस रहे हो यह आने वाला समा ते आ रहा, मिडल क्लास सारी खत्म कर देने लगा ताडा मोदी। मैं उत्थे जो भी जाता सदो साडे कई दोस्त शाकाहारी सी वैजीटेरियन सी तो आलू ते टमाटर ते इदा चीजा लैके आउंदे सी, कहिंदे यार ये तो बहुत महंगी है, चंगा अहीं मीट ही लै आउंदे, तुसीं तरी ले लिया करो थोड़ी के। मैं उदन सुनिया कि जिदन मैं इत्थों जा रहा सा तो आलू जिहड़े सड़कां ते सुट्टण दे सी किसान उन्हां दे मुल नहीं लग रहा सी, तो उस समय 80-100 रुपया आलू जिहड़ा पाकिस्तान च विक रहा सी, टमाटर जिहड़ा तुसीं सड़कां च सुट्टदे हो वह टमाटर जिहड़ा 150-150 रुपया विकण डिया, आ जिहड़ा मीट दुबारा तुरिया फिरन डिया उत्थे लभण डे लोग। अज मैं दावे नाल गल कहना और हिंदू होंदे भी गल कह रहा कि अगला जिहड़ा ना देख लैन मीट किदां भेज दे अडवाणी, अडवाणी ने किसे नहीं पुछना। अजे हफ्ते पहलां दी गल आ, जदों पाकिस्तान ने कहा, इन्होंने कहा कि पाकिस्तान खोलन लगे, अही 25 साल हो रौला पाउण डे कि पाकिस्तान खोलो, इत्थे हब बनाओ, इत्थे अपना माल रखो, अही अपना माल रखते हाँ, ये किसानों नूं की चीज़ की लोड़ आ, वह किसानों नूं की चीज़ की लोड़ आ, उत्थे दे लोकां दी की लोड़ आ जरूरत है, तो तुहाडी की जरूरत की लोड़ आ, लेकिन तुसीं उदों नहीं खोलिया। तुसीं कल बयान देता कि अंबानी अंबानी जिहड़ा चौल कणक इकट्ठी कर रहे ने ये ताडू वेचण नहीं जे कर रहे, उन्हां सेंटर एशिया च वेचणी आ, इहो ही राज बनना अंबरसर दा राज बनना। असीं एक बार फिर व्यापारी बुलाया कि तुसीं माल कि अंबरसरों क्यों नहीं लिआउंदे, कहिंदे भाजी जिहड़ा बिट्टा एंड कंपनी आ जिहड़े RSS वाले ने इन्हां नूं पैसा उत्थे दे वड्डे व्यापारी दिंदे ने, रौला पाओ आ के बागे बॉर्डर ते, उह आ के नारे मारदे ने ते माल इधर नहीं आउंदा, जे इधरों माल आवे तो साडा किराया जिहड़ा 35 रुपये होवे, 35 पैसे होवे, जे असीं उधरों लिया रहे तो 35 रुपये लिया रहे हाँ, तुसीं इह वेखो उह भी साडे किसानां ते चढ़दा, उह असीं खट्टांगे खोलण बॉर्डर, जो साडे आलू वेखो की भाव वेखदे ने, खोलण तां सही है लेकिन तुहाडे वास्ते नहीं खोलना, इन्हां ने अंडानियां ते अंबानियां नहीं खोलना, साडे लई नहीं खोलना इन्हां ने। इसलिए दोस्तों सानू अपने हकों लई लड़ना पएगा, असीं तां हुण तक लागो कोई वट वढ लैंदा ते धौण वढ दिंदे सां, उन्हां तुहाडियां वट्टां वुट्टां नहीं रहिण देणियां, तुसीं लैणा पड़ो 25 सारियां, कोई रहिण दी नहीं वट नहीं रहिण देणी, पहलां तुहानू लिआउणा जिद्दां हुण शुरू करता उन्हां ने, पहलां आड़ती कढ़ता ते दूजे व्यापारी जिहड़े उह खतम कर देणे ने, जिहड़ी तुहाडी सरकारी एजेंसी आ FCI उहनूं खतम कर रहे ने, उहनूं घाटे दी शो करता, उत्थे नाल दी नाल प्राइवेट एजेंसियां खड़ी कर देणियां, उन्हां नूं 10 रुपये वध देणे, तुसीं भज्जे जाणा 10 रुपये, उह मर गई जिद्दन उह मर गई उहदे सामणे उन्हां लिया खड़ा कर देणा, आ जी रेट हुण है ही लावांगे, हुण कोई एजेंसियां नहीं रह गईआं, उदों तुहाडी जिहड़ी कणक चाहे 1000 चुक्कण ते 800 रुपये तुसीं उत्थे खलोते रहोगे कि साडी 800 ही चुक लो तुसीं, बाकी तुसीं बाहर तुसीं वेच नहीं सकते। उन्होंने इदां दे कानून बनाते ने, आ जिहड़े तुसीं MLA दे पिछे पिछे दौड़दे फिरदे आ, इन्हां दी कोई वैल्यू नहीं रहनी, SDM दी कोई वैल्यू नहीं, तुसीं पढ़ लो जरा उहदी 25 धारावां जिहड़ी सारियां पढ़ लो, कोई वैल्यू नहीं, SDM नूं की करोगे जाके, SDM की मुख मंत्री नहीं अंडानी अंबानी नूं फड़ सकदा, होर तुसीं की कर सकते हो, तुसीं कितें कोल रहोगे। इसलिए सचेत होण दी लोड़ आ, अज संघर्ष जिहड़ा तुहाडा बहुत वधिया जा रहा, साडे वर्गे जिहड़े हमेशा 25 तरीक तो चाहे अं हिंदुस्तान पाकिस्तान की गल कर रहे, लेकिन साडा ही विशा आ कि तुम साथ दे रहे हो, कानूना काले कानूनों के खिलाफ तुम बोल रहे हो, 3 कानूनों के खिलाफ तुम आ रहे हो, अही ते ना आ, जय जनता जय संघर्ष।